डॉक्टर साहब ਤੁਸੀਂ ਕਹਿ ਰਹੇ ਹੋ ਕਿ ਬੰਦੇ ਦੇ ਅੰਦਰ ਕਮਜ਼ੋਰੀ ਹੁੰਦੀ ਨਹੀਂ, ਉਹ ਖੁਦ ਪੈਦਾ ਕਰ ਲੈਂਦਾ, ਇਹ ਕਿਵੇਂ ਜੀ? ਰਾਤ ਨੂੰ ਤੁਸੀਂ 12 ਵਜੇ ਸੌਂਗੇ ਅਤੇ ਸਵੇਰੇ 11 ਵਜੇ ਉੱਠੋਗੇ, ਇਹ ਬਿਮਾਰੀਆਂ ਨੂੰ ਤਾਂ ਪਾਪ ਸੱਦਾ ਦੇਣੇ ਪੈਣ। ਹੁਣ ਆਪਣੇ ਪਸ਼ੂ ਨੇ, ਪੰਛੀ ਨੇ, ਹੁਣ ਘਰੇ ਆਮ ਹੀ ਆਪਣੇ ਸਾਰਿਆਂ ਦੇ ਘਰੇ ਡੰਗਰ ਹੈਗੇ, ਮੱਝਾਂ ਹੈਗੀਆਂ, ਕਦੇ ਵੇਖਿਆ ਵੀ ਮੱਝ 12 ਵਜੇ ਰਮਾਣ ਕਰੇ ਅਤੇ ਸਵੇਰੇ 10-11 ਵਜੇ ਤੱਕ ਸੁੱਤੀ ਰਹੇ? ਖਾਸ ਕਰਕੇ ਜਿਹੜੇ ਨੌਜਵਾਨ ਵਰਗ ਹੈਗਾ, ਕਮਜ਼ੋਰੀ ਵਾਲੇ ਪਾਸੇ ਨੂੰ ਇੰਨੀ ਤੇਜ਼ੀ ਨਾਲ ਕਿਉਂ ਗਲਤਾਨ ਹੋ ਰਹੇ ਨੇ? ਬੰਦੇ ਨੂੰ ਆਪਦੀ ਇਸ ਤਰੀਕੇ 'ਤੇ ਘਬਰਾਹਟ ਹੁੰਦੀ, ਡਰ ਲੱਗਦਾ, ਮਨ 'ਚ ਸਹਿਸਾ ਬਹਿ ਗਿਆ ਵੀ ਬਸ ਕਹਾਣੀ ਖਤਮ ਆ। ਖਾਸ ਕਰਕੇ ਪ੍ਰੋਬਲਮ ਆ ਰਹੀ ਫਿਰ ਸਭ ਯੰਗ ਏਜ ਨੂੰ, ਉਹਨਾਂ ਵਾਸਤੇ ਬਹੁਤ ਲਾਹੇਵੰਦ ਆ। ਕੁਦਰਤ ਦੇ ਕਿੰਨੀਆਂ ਜੜੀਆਂ ਬੂਟੀਆਂ, ਕੁਦਰਤ ਨੇ ਤਾਂ ਇੰਨਾ ਕੁਛ ਮੰਨ ਲਓ ਬਖਸ਼ਿਆ ਆਪਾਂ ਨੂੰ ਵੀ 5000 ਸਾਲ ਜਿਹੜੀਆਂ ਬਾਅਦ ਵੀ ਬਿਮਾਰੀਆਂ ਆਉਣੀਆਂ, ਕੁਦਰਤ ਨੇ ਉਹਨਾਂ ਦਾ ਵੀ ਪ੍ਰਬੰਧ ਕਰਕੇ ਰੱਖਿਆ। ਜੇ ਮੰਨ ਲਓ 10-10 ਗ੍ਰਾਮ ਲੈ ਗਏ, ਜਿਵੇਂ ਸਾਰੀਆਂ ਚੀਜ਼ਾਂ 'ਚ ਭੱਖੜਾ ਹੋ ਗਿਆ, 10 ਗ੍ਰਾਮ ਹੀ ਜਿਹੜੀ ਹੋ ਗਈ, ਇਹ ਜਿਹੜੀ ਕਾਲੀ ਮੂਸਲੀ ਹੋ ਗਈ 10 ਗ੍ਰਾਮ, ਜਿਹੜੇ ਕੌਂਚ ਬੀਜ 10 ਗ੍ਰਾਮ ਹੀ ਜਿਹੜੀ ਇਹ ਲੈ ਕੇ ਇਹਨਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਕਹਿ ਦਈਏ ਵੀ ਕੁੱਟ ਕੇ ਤਾਂ ਇੱਕ ਤਾਂ ਡਾਇਰੈਕਟ ਦੇ ਦੇਣੀਆਂ ਵਾ, ਇੱਕ ਇਹਨਾਂ ਦੇ ਐਕਸਟ੍ਰੈਕਟ ਕੱਢਣੇ ਆ, ਐਕਸਟ੍ਰੈਕਟ ਕੱਢੇ ਹੋਏ ਨੇ ਇਹਨਾਂ ਦੇ। ਭੱਖੜਾ ਆਪਾਂ ਰਾਉਂਡ ਅਪ ਮਾਰ ਮਾਰ ਕੇ ਸਾਰਾ ਖਤਮ ਕਰਤਾ। ਪਹਿਲਾਂ ਤਾਂ ਆਮ ਵੱਟਾਂ 'ਤੇ ਲੱਗਿਆ ਹੁੰਦਾ, ਆਮ ਵੱਟਾਂ 'ਚ ਹੋ ਜਾਂਦਾ ਸੀ, ਪੱਠੇ ਬੀਜੀ ਦੇ ਪੱਠਿਆਂ 'ਚ ਭੱਖੜਾ ਬਹੁਤ ਹੋ ਜਾਂਦਾ ਸੀ, ਜਦੋਂ ਮੱਝਾਂ ਨੂੰ ਪੱਠੇ ਲੈਣ ਜਾਣਾ ਵਿੱਚੇ ਭੱਖੜਾ ਆ ਜਾਂਦਾ ਸੀ, ਉਹ ਦੁੱਧ ਵੀ ਆਪਾਂ ਪੀਂਦੇ ਨੇ ਆਪਣੇ ਲਾਭਕਾਰੀ ਸੀ। ਹੁਣ ਸਭ ਤੋਂ ਪਹਿਲਾਂ ਸਾਨੂੰ ਦੁੱਧ ਦਹੀਂ ਬੰਦ ਕਰਾਉਣਾ ਪੈਂਦਾ, ਕਿਉਂ ਬੰਦ ਕਰਾਉਣਾ ਪੈਂਦਾ? ਕਿਸੇ ਨੂੰ ਸ਼ੁਕਰਾਣੂ ਦੀ ਕਮੀ ਆ, ਕਿਸੇ ਨੂੰ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਪੁਰਸ਼ ਦੇ ਕਾਰਨ ਘਰੇ ਸੰਤਾਨ ਨਹੀਂ ਪੈਦਾ ਹੋ ਰਹੀ, ਸ਼ੁਕਰਾਣੂ ਦੀ ਬਹੁਤ ਜ਼ਿਆਦਾ ਕਮੀ ਆ, 0% ਕਾਊਂਟ ਆ ਕਹਿ ਦਿੰਦੇ, ਉਹਨੂੰ ਵੀ ਇਹ ਦੂਰ ਕਰਦੀ ਹੈ। ਮੈਂ ਸਫੈਦ ਮੂਸਲੀ ਤਾਂ ਸੁਣੀ ਸੀ, ਇਹ ਤਾਂ ਅੱਜ ਤੁਸੀਂ ਕਾਲੀ ਮੂਸਲੀ ਕੱਢ ਲਿਆ ਆਪਣੇ ਖਜ਼ਾਨੇ 'ਚ? ਕਾਲੀ ਮੂਸਲੀ ਇਹ ਬਹੁਤ ਵਧੀਆ ਜੀ, ਟਾਈਮਿੰਗ ਵੀ ਬੰਦਾ ਸਮਝੋ ਵੀ ਭੂੰਜੇ ਡਿੱਗਿਆ ਬੰਦਾ ਹੀ ਚੱਕ ਲੈਣਾ ਇਹਨੇ ਤਾਂ। ਇਹਨਾਂ ਵਰਗੀਆਂ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਨੇ ਡਾਕਟਰ ਸਿੱਧੂ, ਤੁਸੀਂ ਉਹਨਾਂ ਤੋਂ ਉੱਪਰ ਦੀ ਚੀਜ਼ ਹੈ ਜਿਹੜੀ? ਬਿਲਕੁਲ ਜੀ ਬਿਲਕੁਲ, ਜਿਵੇਂ ਸਮਝ ਲਓ ਵੀ ਕਿੱਥੇ ਆਪਾਂ ਕਿਲੋ ਚੀਜ਼ ਵਰਤ ਲਈ, ਕਿੱਥੇ 10 ਬੂੰਦਾਂ ਵਰਤ ਲਈਆਂ। ਦੇਖੋ ਕਿੰਨੇ ਫਾਇਦੇ ਆ, ਜਿਵੇਂ ਆਪਾਂ ਕਹਿ ਦਿੰਦੇ ਕਿ ਵੀ ਆਮ ਹੀ ਆਪਾਂ ਗੱਲ ਕਰਦੇ ਵੀ ਜਿਹੜਾ ਬੰਦਾ ਕੌੜਾ ਉਹ ਢਿੱਡ ਦਾ ਬੰਦਾ ਚੰਗਾ ਹੁੰਦਾ, ਜਾਂ ਦਿਲ ਦਾ ਕਹਿ ਲਈਏ ਸਾਫ਼ ਹੁੰਦਾ, ਅਤੇ ਜਿਹੜਾ ਮਿੱਠਾ ਉਹ ਜ਼ਹਿਰ ਹੁੰਦਾ। ਬਿਲਕੁਲ, ਇੰਨਾ ਕੋਈ ਪਾਣੀ ਬਣਾ ਲੈਣਾ ਆਪਾਂ, ਅਤੇ ਇਹਨੂੰ ਆਪਾਂ ਕਿੰਨਾ ਵੀ ਪੁਰਾਣਾ ਖੰਘ ਜ਼ੁਕਾਮ ਰੇਸ਼ਾ ਕਿਸ ਰਹਿੰਦਾ ਵੀ, ਜਿੱਦਾਂ ਸਾਹ ਦੀ ਦਿੱਕਤ ਹੋਵੇ, ਤੁਲਸੀ ਦੇ 2 ਡ੍ਰੌਪ ਸਵੇਰੇ ਖਾਲੀ ਪੇਟ ਲਓ। ਜਿਵੇਂ ਕਿ ਸ਼ੂਗਰ ਹੋ ਗਈ, ਕਿਸੇ ਨੂੰ ਪੁਰਾਣਾ ਅਸਥਮਾ ਹੋ ਗਿਆ, ਜਾਂ ਜਿੱਦਾਂ ਪੰਪ ਹਿੱਲਰ ਲੈ ਰਿਹਾ ਵੀ ਸਾਹ ਨਹੀਂ ਆ ਰਿਹਾ, ਪੁਰਾਣੇ ਤੋਂ ਪੁਰਾਣੇ ਰੋਗਾਂ, ਸ਼ੂਗਰ, ਥਾਇਰਾਇਡ, BP, ਬੱਚੇ ਦਾਣੇ ਦੀਆਂ ਰਸੌਲੀਆਂ, ਬੱਚਿਆਂ ਦੀ ਸ਼ੂਗਰ ਹੋ ਗਈ, ਜਾਂ ਬੱਚਿਆਂ ਦਾ ਕੱਦ ਨਾ ਵਧਣ, ਜਾਂ ਮਰਦੀ ਜਿਹਨੂੰ ਕਹਿ ਦਿੰਦੇ ਇੰਪੋਟੈਂਸੀ, ਜਿੰਨੇ ਹੀ ਮਰਜ਼ੀ, ਜਾਂ 0% ਸ਼ੁਕਰਾਣੂ ਹੋਵੇ, ਅਸੀਂ ਕੇਸ ਜਿਹੜੇ ਬਿਲਕੁਲ ਠੀਕ ਕੀਤੇ, ਘਰ ਹੱਸਦੇ ਵੱਸਦੇ ਪਏ ਨੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਜਿਵੇਂ ਜਿਵੇਂ ਗਰਮੀਆਂ ਥੋੜ੍ਹੀਆਂ ਥੋੜ੍ਹੀਆਂ ਘਟਣ ਜਾ ਰਹੀਆਂ ਨੇ, ਅਤੇ ਜਿਹੜਾ ਰੁੱਤ ਹੈਗੀ ਹੈ, ਦਿਨ ਹੈਗੇ ਨੇ, ਉਹ ਛੋਟੇ ਹੁੰਦੇ ਜਾ ਰਹੇ ਨੇ, ਰਾਤਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਜਦੋਂ ਰੁੱਤ ਬਦਲਦੀ ਹੈ ਤਾਂ ਨਵੀਆਂ ਨਵੀਆਂ ਦਿੱਕਤਾਂ, ਨਵੀਆਂ ਨਵੀਆਂ ਪਰੇਸ਼ਾਨੀਆਂ ਜਿਹੜੀਆਂ ਆਮ ਇਨਸਾਨ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਜਿਹੇ ਦੇ ਵਿੱਚ ਇਨਸਾਨ ਨੂੰ ਨਹੀਂ ਪਤਾ ਲੱਗਦਾ ਕਿ ਉਹ ਖਾਵੇ ਤਾਂ ਕੀ ਖਾਵੇ, ਜਿਹੋ ਰੁੱਤ ਬਦਲਣ ਦੇ ਨਾਲ ਜਿਹੜੀਆਂ ਕਮਜ਼ੋਰੀਆਂ ਆ ਜਾਂਦੀਆਂ ਨੇ ਉਹ ਇੱਕ ਅਲੱਗ ਚੀਜ਼ ਹੋ ਜਾਂਦੀ। ਅਜਿਹੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਮੋਗੇ ਹੈਲਥ ਕੇਅਰ ਇਲੈਕਟਰੋ ਹੋਮਿਓਪੈਥੀ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਮੇਰੇ ਸਾਹਮਣੇ, ਜਿਹੜੇ ਇਸ ਵੇਲੇ ਬੈਠੇ ਨੇ, ਡਾਕਟਰ ਸਿਮਰਨ ਨੇ ਔਰ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਨੇ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਚੀਜ਼ ਹੈਗੀ ਹੈ ਜਿਹੜੀ ਇਸ ਵੇਲੇ ਅਸੀਂ ਕਮਜ਼ੋਰੀ ਤੋਂ ਉਸ ਨਾਲ ਬਚਾਅ ਕੀਤਾ ਜਾ ਸਕਦਾ। ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ, ਪਹਿਲੀ ਵਾਰ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਬਹੁਤ ਬਹੁਤ ਧੰਨਵਾਦ ਫਾਰੂਕੀ ਸਾਹਿਬ, ਤੁਹਾਡਾ ਇੱਥੇ ਪਹੁੰਚਣ ਦੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਅੱਛਾ ਡਾਕਟਰ ਸਾਹਿਬ,
ਤੁਸੀਂ ਕਹਿ ਰਹੇ ਹੋ ਕਿ ਬੰਦੇ ਦੇ ਅੰਦਰ ਕਮਜ਼ੋਰੀ ਹੁੰਦੀ ਨਹੀਂ, ਉਹ ਖੁਦ ਪੈਦਾ ਕਰ ਲੈਂਦਾ, ਇਹ ਕਿਵੇਂ ਜੀ? ਬਿਲਕੁਲ ਫਰੂਕੀ ਸਾਹਿਬ, ਵੀ ਆਪਾਂ ਅੱਜ ਕੱਲ੍ਹ ਉਹਦਾ ਲਾਈਫ ਸਟਾਈਲ ਹੀ ਜਿਹੜਾ ਇੱਦਾਂ ਦਾ ਬਣਾ ਲਿਆ ਵੀ ਹੁਣ ਆਪਣਾ ਕੋਈ ਸੌਣ ਦਾ ਟਾਈਮ ਨਹੀਂ, ਕੋਈ ਉੱਠਣ ਦਾ ਟਾਈਮ ਨਹੀਂ। ਹੁਣ ਤੁਸੀਂ ਮੈਨੂੰ ਦੱਸੋ ਵੀ ਰਾਤ ਨੂੰ ਤੁਸੀਂ 12 ਵਜੇ ਸੌਂਗੇ ਅਤੇ ਸਵੇਰੇ 11 ਵਜੇ ਉੱਠੋਗੇ, ਇਹ ਬਿਮਾਰੀਆਂ ਨੂੰ ਤਾਂ ਆਪਾਂ ਆਪ ਸੱਦਾ ਦੇਣੇ ਪੈਣ। ਹੁਣ ਆਪਣੇ ਪਸ਼ੂ ਨੇ, ਪੰਛੀ ਨੇ, ਹੁਣ ਘਰੇ ਆਮ ਹੀ ਆਪਣੇ ਸਾਰਿਆਂ ਦੇ ਘਰੇ ਡੰਗਰ ਹੈਗੇ, ਮੱਝਾਂ ਹੈਗੀਆਂ, ਕਦੇ ਵੇਖਿਆ ਵੀ ਮੱਝ 12 ਵਜੇ ਰਮਾਣ ਕਰੇ ਅਤੇ ਸਵੇਰੇ 10-11 ਵਜੇ ਤੱਕ ਸੁੱਤੀ ਰਹੇ? ਵੀ ਜਦੋਂ ਆਪਾਂ ਹੁਣ ਪੰਛੀ ਉਹ ਵੀ ਸਵੇਰੇ ਟਾਈਮ ਨਾਲ ਆਪਾਂ ਨੂੰ ਜਦੋਂ ਆਪਾਂ ਤੜਕੇ ਉੱਠ ਗਏ ਕਿਵੇਂ ਦਾ ਵਧੀਆ ਮੌਸਮ ਹੁੰਦਾ, 4 ਵਜੇ ਉੱਠ ਗਿਆ, ਅੰਮ੍ਰਿਤ ਵੇਲੇ ਉੱਠ ਗਿਆ, ਉਹਦਾ ਮਹਾਰਾਜ ਦਾ ਨਾਂ ਲੈਂਦੇ, ਜਦੋਂ ਪਰਮਾਤਮਾ ਦਾ ਨਾਂ ਲੈਂਦੇ, ਕਿੱਡੀਆਂ ਵਧੀਆ ਆਵਾਜ਼ਾਂ ਆਉਂਦੀਆਂ ਪੰਛੀਆਂ ਦੀਆਂ, ਚਹਿਕਣਾਂ ਦੀਆਂ, ਅਤੇ ਜਦੋਂ ਆਪਾਂ ਉੱਠਣਾ ਹੀ ਦੁਪਹਿਰਾਂ ਵੇਲੇ ਆ, ਉਸ ਟਾਈਮ ਤੱਕ ਆਪਣਾ ਜਦੋਂ ਆਪਾਂ ਆਪਦਾ ਲਾਈਫ ਸਟਾਈਲ ਇੰਨਾ ਜ਼ਿਆਦਾ ਖਰਾਬ ਕਰ ਲਿਆ ਅਤੇ ਉਹ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਕੰਮ ਹੀ ਹੈ। ਸੋ ਸਾਡੇ ਨਾਲ ਡਾਕਟਰ ਸੁਰਿੰਦਰਪਾਲ ਸ਼ਰਮਾ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਫਰੂਕੀ ਸਾਹਿਬ, ਨਿਊ ਆਪਣਾ ਹਕੀਕਤ ਟੀਵੀ ਦੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ। ਅੱਛਾ ਡਾਕਟਰ ਸਾਹਿਬ, ਮੇਰੇ ਕੋਲੋਂ ਤੁਹਾਡਾ ਜਿਹੜਾ ਮੇਰੇ ਕੋਲ ਸਵਾਲ ਹੈ ਤੁਹਾਡੇ ਲਈ, ਉਹ ਇਹ ਹੈ ਕਿ ਇਸ ਵੇਲੇ ਖਾਸ ਕਰਕੇ ਜਿਹੜੇ ਨੌਜਵਾਨ ਵਰਗ ਹੈਗਾ, ਕਮਜ਼ੋਰੀ ਵਾਲੇ ਪਾਸੇ ਨੂੰ ਇੰਨੀ ਤੇਜ਼ੀ ਨਾਲ ਕਿਉਂ ਗਲਤਾਨ ਹੋ ਰਹੇ ਨੇ? ਕਮਜ਼ੋਰੀ ਤਾਂ ਹੁਣ ਤੁਸੀਂ ਦੇਖੋਗੇ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ, ਤਕਰੀਬਨ 70-80% ਜਿਹੜੀ ਉਹਨਾਂ ਦੀ ਇਮਿਊਨਿਟੀ ਹੀ ਕਮਜ਼ੋਰ ਹੋ ਗਈ ਹੈ ਸਰੀਰ ਨਾਲ। ਇਮਿਊਨਿਟੀ ਕੀ ਹੁੰਦੀ? ਇਮਿਊਨਿਟੀ ਜਿੱਦਾਂ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਰੋਗਾਂ ਨਾਲ ਲੜਨ ਦੀ, ਉਹ ਸਭ ਦੀ ਜਿਹੜੀ ਹੈਗੀ ਹੈ ਨੋਰਮਲ ਨਹੀਂ ਗੀ, ਘੱਟ ਚੁੱਕੀ ਆ। ਜਦ ਇਮਿਊਨਿਟੀ ਘਟੇਗੀ ਤਾਂ ਰੋਗ ਬਹੁਤ ਜ਼ਿਆਦਾ ਆਉਣਗੇ ਸਰੀਰ ਦੇ ਵਿੱਚ। ਉਹਦੇ ਵਿੱਚ ਸਭ ਤੋਂ ਵੱਡਾ ਰੋਗ, ਜੇ ਆਪਾਂ ਕਾਰਨ ਗਿਣ ਲਈਏ ਤਾਂ ਉਹ ਇਹ ਆ ਵੀ ਰਾਤ ਨੂੰ ਜਦ ਸੌਣ ਲੱਗਿਆਂ ਲੋਕ 10-10, 11-11 ਵਜੇ ਤੱਕ ਟੀ ਵੀ ਦੇਖੀ ਜਾਂਦੇ ਆ, ਮੋਬਾਈਲ ਚਲਾਈ ਜਾਂਦੇ ਆ, ਬੈਠੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਅਸੀਂ ਕੀ ਖਾ ਰਹੇ ਹਾਂ। ਬਹੁਤ ਭਾਰਾ ਖਾਣਾ ਖਾ ਰਹੇ ਰਾਤ ਨੂੰ ਲੋਕ, ਕਾਜੂ, ਗਿਰੀਆਂ, ਕਿਸੇ ਤਰ੍ਹਾਂ ਦੀ ਖੀਰ, ਕਿਸੇ ਤਰ੍ਹਾਂ ਦਾ ਕੁਛ ਵੀ, ਇਹ ਨਹੀਂ ਪਤਾ ਕਿੰਨਾ ਹੈਵੀ ਖਾਣਾ ਰਾਤ ਨੂੰ ਖਾ ਲੈਂਦੇ ਆ। ਦਿਨ ਵੇਲੇ ਕਈ ਲਾਈਟ ਖਾਣਾ ਖਾਂਦੇ, ਰਾਤ ਨੂੰ ਹੈਵੀ ਖਾਂਦੇ ਆ। ਉਹ ਦੱਸੋ ਜਦੋਂ ਖਾ ਕੇ ਆਪਾਂ ਉੱਦਾਂ ਹੀ ਮੋਬਾਈਲ 'ਤੇ ਇੱਥੇ ਪੈ, ਮੋਬਾਈਲ ਉੱਦਾਂ ਹੀ ਸੌਂ ਜਾਣਾ ਅਤੇ ਸਵੇਰ ਤੱਕ ਉਹ ਹਜਮ ਹੀ ਨਹੀਂ ਹੋਣਾ, ਅੰਦਰ ਸਾਰਾ ਕੁਛ ਹੀ ਉਹਨੇ ਜੰਮ ਜਾਣਾ, ਲੀਵਰ ਨੇ ਫੈਟੀ ਹੋ ਜਾਣਾ, ਫਿਰ ਤੰਦਰੁਸਤੀ ਕਿੱਥੋਂ ਆਊਗੀ? ਅੱਛਾ ਡਾਕਟਰ ਸਾਹਿਬ, ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਖਾਣ ਪੀਣ ਦਾ ਢੰਗ ਸਾਡਾ ਸਹੀ ਨਹੀਂ ਰਿਹਾ ਜਾਂ ਖਾਣੇ ਸਾਡੇ ਸਹੀ ਨਹੀਂ ਰਹੇ, ਅਤੇ ਫਿਰ ਰਾਤ ਨੂੰ ਅਗਰ ਖਾਈਏ ਤਾਂ ਕੁਛ ਤਾਂ ਖਾਣਾ, ਸਾਨੂੰ ਤਾਂ ਰਾਤ ਨੂੰ ਟਾਈਮ ਮਿਲਦਾ ਇਸ ਤਾਂ ਮਟਰ ਪਨੀਰ ਖਾਣ ਦਾ, ਤੁਸੀਂ ਹੁਣ ਉਹ ਵੀ ਬੰਦ ਕਰਨ ਲੱਗੇ ਹੋ? ਨਹੀਂ, ਰਾਤ ਨੂੰ ਜਿਹੜਾ ਹੈਵੀ ਖਾਣਾ ਨਹੀਂ ਖਾਣਾ ਚਾਹੀਦਾ। ਸੁਬਾਹ ਜਿੱਦਾਂ ਹੁਣ ਡਰਾਈ ਫਰੂਟ ਦੀ ਆਪਾਂ ਗੱਲ ਕੀਤੀ ਹੈ, ਡਰਾਈ ਫਰੂਟ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਖਾਧਾ ਜਾਵੇ ਤਾਂ ਅੰਮ੍ਰਿਤ ਆ। ਜੇ ਰਾਤ ਨੂੰ ਉਹਨੂੰ ਖਾਵਾਂਗੇ ਤਾਂ ਸਾਰਾ ਹੀ ਅੰਦਰ ਜਾ ਕੇ ਜ਼ਹਿਰ ਬਣ ਜਾਏ, ਕੈਲਸਟ੍ਰੋਲ ਦਾ ਰੂਪ ਧਾਰਨ ਕਰ ਲੂਗਾ। ਕਿੱਥੇ ਉਹਨੇ ਸਵੇਰੇ ਜਦ ਖਾਲੀ ਪੇਟ ਖਾਵਾਂਗੇ ਤਾਂ ਉਹਦੇ ਬਹੁਤ ਵਧੀਆ ਵਧੀਆ, ਸਾਰਾ ਦਿਨ ਆਪਾਂ ਚੱਲਣਾ ਫਿਰਨਾ ਵਾ, ਖਾਲੀ ਪੇਟ ਖਾਵਾਂਗੇ ਉਹਦਾ ਰਸ ਬਣਨਗੇ, ਤਰ੍ਹਾਂ ਤਰ੍ਹਾਂ ਦੇ ਗੁੱਡ ਕੈਲਸਟ੍ਰੋਲ ਬਣਨਗੇ। ਕਿੱਥੇ ਰਾਤ ਨੂੰ ਖਾਧਾ ਤਾਂ ਬੈਡ ਕੈਲਸਟ੍ਰੋਲ ਬਣਨਗੇ। ਸੋ ਖਾਣ ਪੀਣ ਦੀ ਗੱਲ ਹੋ ਰਹੀ ਹੈ, ਡਾਕਟਰ ਸਿਮਰਨ ਉਹਨਾਂ ਕੋਲੋਂ ਅਸੀਂ ਸਮਝਾਂਗੇ। ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਕਿ ਜਦੋਂ ਇਸ ਵੇਲੇ ਅਸੀਂ ਰੇਲਵੇ ਸਟੇਸ਼ਨ 'ਤੇ ਚਲੇ ਜਾਈਏ, ਬੱਸ ਅੱਡਿਆਂ 'ਤੇ ਚਲੇ ਜਾਈਏ, ਕੰਧਾਂ 'ਤੇ ਜਿਹੜਾ ਬੜਾ ਪ੍ਰਚਾਰ ਹੋ ਰਿਹਾ ਕਮਜ਼ੋਰੀ ਦਾ, ਧਾਂਤ ਦਾ, ਸ਼ਿਗਰ ਪਤਨ ਦਾ, ਇੰਝ ਲੱਗਦਾ ਕਿ ਸਾਰੇ ਉੱਤਰੀ ਭਾਰਤ ਦੇ ਵਿੱਚ ਹੀ ਸਾਰੇ ਲੋਕ ਹੀ ਜਿਹੜੇ ਕਮਜ਼ੋਰੀ ਵਾਲੇ ਪਾਸੇ ਨੂੰ ਤੁਰੇ ਹੋਏ ਨੇ, ਕੁਦਰਤ ਨੇ ਕੋਈ ਹੱਲ, ਕੁਦਰਤ ਨੇ ਕੋਈ ਤਰੀਕਾ ਸਾਨੂੰ ਦਿੱਤਾ ਹੈ ਜਿਸ ਨਾਲ ਅਸੀਂ ਬਗੈਰ ਦਵਾਈਆਂ ਤੋਂ, ਬਿਨਾਂ ਕੋਈ ਪੈਸੇ ਖਰਚੇ ਘਰ ਦੇ ਵਿੱਚ ਹੀ ਆਪਣਾ ਟ੍ਰੀਟਮੈਂਟ ਕਮਜ਼ੋਰੀ ਵਾਲਾ? ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਅਸੀਂ ਖਾਈ ਕਾਜੂ ਬਦਾਮ ਜਾ ਰਹੇ ਹਾਂ, 2 ਕਦਮ ਤੁਰੇ ਨਹੀਂ ਜਾਂਦੇ ਅਤੇ ਸਾਨੂੰ ਸਾਹ ਚੜ੍ਹ ਜਾਂਦਾ? ਬਿਲਕੁਲ ਫਰੂਕੀ ਸਾਹਿਬ, ਕੁਦਰਤ ਨੇ ਸਾਨੂੰ ਬਹੁਤ ਕੁਛ ਬਖਸ਼ਿਆ। ਕੁਦਰਤ ਦੇ ਕਿੰਨੀਆਂ ਜੜੀਆਂ ਬੂਟੀਆਂ, ਕੁਦਰਤ ਨੇ ਤਾਂ ਇੰਨਾ ਕੁਛ ਮੰਨ ਲਓ ਬਖਸ਼ਿਆ ਆਪਾਂ ਨੂੰ ਵੀ 5000 ਸਾਲ ਜਿਹੜੀਆਂ ਬਾਅਦ ਵੀ ਬਿਮਾਰੀਆਂ ਆਉਣੀਆਂ, ਕੁਦਰਤ ਨੇ ਉਹਨਾਂ ਦਾ ਵੀ ਪ੍ਰਬੰਧ ਕਰਕੇ ਰੱਖਿਆ ਜਿਹਨਾਂ ਤੱਕ ਆਪਾਂ ਪਹੁੰਚੇ ਨਹੀਂ ਹਜੇ। ਹੁਣ ਐਮਾਜੋਨ ਦੇ ਜੰਗਲ ਨੇ ਉੱਥੋਂ ਤੱਕ ਆਪਾਂ ਪਹੁੰਚੇ ਨਹੀਂ, ਉੱਥੇ ਪਤਾ ਨਹੀਂ ਕਿੰਨੀਆਂ ਕੁ ਹਜ਼ਾਰਾਂ ਜੜੀਆਂ ਬੂਟੀਆਂ ਜਿਹੜੀਆਂ ਨੇ ਕੁਦਰਤ ਨੇ ਆਪਾਂ ਨੂੰ ਬਖਸ਼ੀਆਂ, ਕਿੰਨੇ ਪਲਾਂਟ ਕੁਦਰਤ ਨੇ ਬਖਸ਼ੇ ਆ। ਹੁਣ ਆਪਣੇ ਕੋਲ ਕਿੰਨੀ ਆ, ਸਾਰੀ ਮੈਡੀਸਨ ਹੀ ਪਲਾਂਟ ਬੇਸਡ ਆ, ਸਾਰੀ ਦਵਾਈ ਕੁਦਰਤੀ ਆ। ਪਲਾਂਟ ਬੇਸ ਕਿਵੇਂ ਜੀ? ਸਾਰੀ ਪਲਾਂਟ ਦਾ ਜਿਹੜਾ ਐਕਸਟ੍ਰੈਕਟ ਜਿਹੜਾ ਉਹ ਹੁੰਦਾ, ਜਿਹੜਾ ਪਲਾਂਟ ਦਾ ਜਿਵੇਂ ਕਹਿ ਲਈਏ ਆਪਾਂ ਵੀ ਜਿੰਦਾ ਪਲਾਂਟ ਦਾ ਇਲੈਕਟ੍ਰੋਹੋਮਿਓਪੈਥੀ ਰਸ ਕੱਢਿਆ ਜਾਂਦਾ ਜਿਹੜਾ। ਅੱਛਾ, ਅਤੇ ਫਿਰ ਕੁਦਰਤ ਜਦੋਂ ਇਲਾਜ ਕਰਨ 'ਤੇ ਆਉਂਦੀ ਹੈ ਜਾਂ ਕੁਦਰਤੀ ਜਦੋਂ ਇਲਾਜ ਹੁੰਦਾ ਹੈ, ਤੁਸੀਂ ਜਿਹੜੀਆਂ ਚੀਜ਼ਾਂ ਰੱਖੀਆਂ ਨੇ ਇੱਥੇ, ਕਾਲੀ ਮੁਸਲੀ ਹੈਗੀ, ਕੌਂਚ ਬੀਜ ਹੈਗੇ ਨੇ, ਹਰੀ ਇਲਾਇਚੀ ਹੈਗੀ ਹੈ, ਅਤੇ ਇਹ ਤਾਂ ਜੀ ਫਿਰ ਉਹ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ, ਅਕਸਰ ਅਸੀਂ ਖੇਡਦੇ ਸੀ ਅਤੇ ਸਾਡੇ ਕੱਪੜਿਆਂ 'ਤੇ ਲੜ ਜਾਂਦੇ ਸੀ, ਇਹ ਕੀ ਕਹਿੰਦੇ ਇਹਨੂੰ, ਗੋਕਰੂ?
ਇਹਨੂੰ ਗੋਰਖੂਆਂ ਦੇ ਭੱਖੜਾ ਜਿਹਨੂੰ ਆਪਾਂ ਕਹਿ ਲਈਏ ਸਿੱਧੇ ਅੱਛਾ ਭੱਖੜਾ ਪੰਜਾਬੀ 'ਚ ਭੱਖੜਾ ਜਿਹੜਾ ਭੱਖੜਾ ਹਾਂ ਜਿਹੜਾ ਭੱਖੜਾ ਹੁਣ ਦੇਖੋ ਜੀ ਆਪਾਂ ਫਿਰ ਉਹੀ ਗੱਲ ਵੀ ਕੁਦਰਤ ਨੂੰ ਜਿਹੜਾ ਵੀ ਬਰਬਾਦ ਕਰਨ ਵਾਲਾ ਹੀ ਕੰਮ ਕਰਤਾ ਕੁਦਰਤੀ ਤਰੀਕਾ ਜਿਹੜਾ ਸਾਰਾ ਹੁਣ ਭੱਖੜਾ ਆਪਾਂ ਰਾਉਂਡ ਅਪ ਮਾਰ ਮਾਰ ਕੇ ਸਾਰਾ ਖਤਮ ਕਰਤਾ ਪਹਿਲਾਂ ਤਾਂ ਆਮ ਵੱਟਾਂ 'ਤੇ ਲੱਗਿਆ ਹੁੰਦਾ ਆਮ ਵੱਟਾਂ 'ਚ ਹੋ ਜਾਂਦਾ ਸੀ ਪੱਠੇ ਬੀਜਦੇ ਪੱਠਿਆਂ 'ਚ ਭੱਖੜਾ ਬਹੁਤ ਹੋ ਜਾਂਦਾ ਸੀ ਜਦੋਂ ਮੱਝਾਂ ਨੂੰ ਪੱਠੇ ਲੈਣ ਜਾਣਾ ਵਿੱਚ ਭੱਖੜਾ ਆ ਜਾਂਦਾ ਸੀ ਉਹ ਦੁੱਧ ਵੀ ਆਪਾਂ ਪੀਂਦੇ ਨੇ ਆਪਣੇ ਲਾਭਕਾਰੀ ਸੀ ਹੁਣ ਸਭ ਤੋਂ ਪਹਿਲਾਂ ਸਾਨੂੰ ਦੁੱਧ ਦਹੀਂ ਬੰਦ ਕਰਾਉਣਾ ਪੈਂਦਾ ਕਿਉਂ ਬੰਦ ਕਰਾਉਣਾ ਪੈਂਦਾ ਇਹਨਾਂ ਚੀਜ਼ਾਂ ਕਰਕੇ ਬੰਦ ਕਰਾਉਣਾ ਪੈਂਦਾ ਹੁਣ ਭੱਖੜਾ ਹੁਣ ਦੇਖ ਲਓ ਤੁਸੀਂ ਵੀ ਗੁੱਜਰ ਨੇ ਗੁੱਜਰ ਵੇਖਿਆ ਕਦੀ ਤੁਸੀਂ ਬਿਮਾਰ ਜਾਂ ਕੋਈ ਗੁੱਜਰ ਦਾ ਢਿੱਡ ਨਿਕਲਿਆ ਹੋਵੇ ਜਾਂ ਕਿਸੇ ਗੁੱਜਰ ਨੂੰ ਕਦੇ ਐਨਕ ਲੱਗੀ ਹੋਵੇ ਹੁਣ ਅਸੀਂ ਸੋਹਲ ਇੰਨੇ ਹੋ ਗਏ ਅਸੀਂ ਏ ਸੀ ਜਦੋਂ ਹੁਣ ਮੰਨ ਲਓ ਜੂਨ ਜੁਲਾਈ 'ਚ ਜਦੋਂ ਜ਼ਿਆਦਾ ਗਰਮੀ ਪੈਂਦੀ ਆਪਾਂ ਲੱਗਦਾ ਯਾਰ ਏ ਸੀ ਖਰਾਬ ਹੋ ਗਿਆ ਹੁਣ ਉਦੋਂ ਤੁਸੀਂ ਜਦੋਂ ਕਿਤੇ ਬਾਹਰ ਆਪਦੀ ਕਾਰ 'ਚ ਕਿਤੇ ਜਾਂਦੇ ਨੇ ਸੜਕ 'ਤੇ ਤੁਹਾਨੂੰ ਇਹਨਾਂ ਦਿਨਾਂ 'ਚ ਆਮ ਹੀ ਮਿਲ ਜਾਂਦੇ ਉਹ ਨੰਗੇ ਪੈਰੀ ਉਹਨਾਂ ਦੇ ਬੱਚੇ ਫਿਰਦੇ ਹੁੰਦੇ ਕਾਰਨ ਕੀ ਹੈ ਹੁਣ ਉਹਨਾਂ ਦੀਆਂ ਮੱਝਾਂ ਨਹਿਰਾਂ ਦੇ ਕੰਢਿਆਂ 'ਤੇ ਆਲਾ ਦੁਆਲੇ ਅਸ਼ਵਗੰਧਾ ਭੱਖੜਾ ਕਿੰਨੇ ਤਰ੍ਹਾਂ ਦੀ ਕੁਦਰਤ ਨੇ ਜਿਹੜੀਆਂ ਜੜੀਆਂ ਬੂਟੀਆਂ ਆਪੇ ਹੀ ਉੱਗ ਪੈਂਦੀਆਂ ਬਾਰਿਸ਼ਾਂ ਦੇ ਮੌਸਮ 'ਚ ਉਹ ਉਹਨਾਂ ਦੀਆਂ ਮੱਝਾਂ ਖਾਂਦੀਆਂ ਦੁੱਧ ਪੀਂਦੇ ਨੇ ਉਹ ਵੇਖ ਲਓ ਕਿੱਡੇ ਵਧੀਆ ਉਹਨਾਂ ਦੀ ਸਿਹਤ ਆ ਤੇ ਡਾਕਟਰ ਸਾਹਿਬ ਫਿਰ ਇਹ ਜਿਹੜੀ ਇਹ ਇਲਾਇਚੀ ਦੇ ਬੀਜ ਜਿਹੜੇ ਤੁਸੀਂ ਰੱਖੇ ਨੇ ਹਰੀ ਇਲਾਇਚੀ ਦੇ ਡਾਕਟਰ ਸ਼ਰਮਾ ਜੀ ਤੇ ਫਿਰ ਇਹ ਕੀ ਕੰਮ ਕਰਨਗੇ ਜੀ ਕਮਜ਼ੋਰੀ 'ਚ ਇਹ ਬਹੁਤ ਅਦਭੁਤ ਇੱਕ ਜਿਹੜੀ ਚੀਜ਼ ਆ ਵੈਸੇ ਤਾਂ ਆਪਾਂ ਛੋਟੀ ਇਲਾਇਚੀ ਨੂੰ ਘਰੇ ਵੀ ਵਰਤਦੇ ਹਾਂ ਚਾਹ ਦੇ ਵਿੱਚ ਮਸਾਲਿਆਂ ਦੇ ਰੂਪ ਦੇ ਵਿੱਚ ਬਾਕੀ ਇਹ ਹਰੀ ਇਲਾਇਚੀ ਦੇ ਬੀਜ ਨੇ ਇਹ ਸਭ ਤੋਂ ਜ਼ਿਆਦਾ ਜੇ ਇਹ ਤਾਂ ਉਪਯੋਗ ਵਿੱਚ ਲਿਆਂਦਾ ਜਾਵੇ ਤਾਂ ਗੈਸ ਨੂੰ ਜਿਹੜੀ ਹੈਗੀ ਐਸੀਡਿਟੀ ਨੂੰ ਦੂਰ ਕਰਦੇ ਆ ਅਤੇ ਬਦਹਜ਼ਮੀ ਨੂੰ ਦੂਰ ਕਰਦੇ ਆ ਪਰ ਇਹਦਾ ਜੇ ਸਹੀ ਤਰੀਕੇ ਨਾਲ ਕਿਸੇ ਫਾਰਮੂਲੇ ਦੇ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਨਮਰਦੀ ਵਾਸਤੇ ਵੀ ਬਹੁਤ ਵੱਡਾ ਅੰਮ੍ਰਿਤ ਹੈ ਨਮਰਦੀ ਨੂੰ ਵੀ ਦੂਰ ਕਰਦਾ ਜੀ ਕਿਸੇ ਨੂੰ ਸ਼ੁਕਰਾਣੂ ਦੀ ਕਮੀ ਆ ਕਿਸੇ ਨੂੰ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਪੁਰਸ਼ ਦੇ ਕਾਰਨ ਘਰੇ ਸੰਤਾਨ ਨਹੀਂ ਪੈਦਾ ਹੋ ਰਹੀ ਸ਼ੁਕਰਾਣੂ ਦੀ ਬਹੁਤ ਜ਼ਿਆਦਾ ਕਮੀ ਆ ਜੀਰੋ ਸਪਰਮ ਕਾਊਂਟ ਆ ਕਹਿ ਦਿੰਦੇ ਉਹਨੂੰ ਵੀ ਇਹ ਦੂਰ ਕਰਦੀ ਹੈ ਇਹ ਬਹੁਤ ਉਹ ਕਿਵੇਂ ਜੀ ਇਸ ਤਰ੍ਹਾਂ ਦੇ ਇਹਦੇ 'ਚ ਕੀ ਚੀਜ਼ ਹੈ ਜੀ ਡਾਕਟਰ ਸਾਹਿਬ ਇਹਦੇ ਵਿੱਚ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਜਿੱਦਾਂ ਇਹਨੂੰ ਆਪਾਂ ਯੂਜ਼ ਕਰਨ ਲੱਗ ਜਾਈਏ ਜਿੱਦਾਂ ਆਪਾਂ ਹੁਣ ਤੁਹਾਨੂੰ ਨੁਸਖਾ ਸਾਰਾ ਦੱਸਾਂਗੇ ਬਾਅਦ 'ਚ ਵੀ ਕਿੱਦਾਂ ਇਹਨੂੰ ਯੂਜ਼ ਕਰਨਾ ਸਾਰੀ ਕੁਛ ਚੀਜ਼ਾਂ ਦੇ ਵਿੱਚ ਮਿਲਾ ਕੇ ਜੇ ਇਹਦਾ ਨੁਸਖਾ ਬਣਾ ਕੇ ਤਾਂ ਸਵੇਰੇ ਸ਼ਾਮ ਚੂਰਨ ਬਣਾ ਕੇ ਯੂਜ਼ ਕੀਤਾ ਜਾਵੇ ਤਾਂ ਇਹ ਨਮਰਦੀ ਨੂੰ ਵੀ ਦੂਰ ਕਰਦੀ ਹੈ ਅਤੇ ਡਾਕਟਰ ਸਾਹਿਬ ਗੱਲ ਚੱਲੀ ਹੈ ਅਸੀਂ ਕਹਿ ਲਈਏ ਕਿ ਨਪੁੰਸਕਤਾ ਵਾਲੇ ਪਾਸੇ ਨੂੰ ਇਸ ਵੇਲੇ ਵੱਡੀ ਦਿੱਕਤ ਵੱਡੀ ਪਰੇਸ਼ਾਨੀ ਹੈ ਜਿਹੜੀ ਉਹ ਸਾਰੇ ਉੱਤਰੀ ਭਾਰਤ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਦਰਪੇਸ਼ ਹੈਗੀ ਹੈ ਅਤੇ ਫਿਰ ਜਿਹੜਾ ਤੁਹਾਡਾ ਨੁਸਖਾ ਹੈਗਾ ਇੱਥੇ ਤੁਸੀਂ ਇਲਾਇਚੀ ਦੇ ਬੀਜ ਨੇ ਕੌਂਚ ਬੀਜ ਨੇ ਕਾਲੀ ਮੁਸਲੀ ਹੈ ਗੋਖਰੂ ਇਹ ਕੀ ਮਿਸ਼ਰਣ ਤੁਸੀਂ ਅੱਜ ਜਿਹੜਾ ਨੁਸਖਾ ਹੈਗਾ ਸਾਡੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹੋ ਬਿਲਕੁਲ ਇਹ ਬਿਲਕੁਲ ਜੀ ਆਪਣਾ ਜਿਹੜਾ ਭੱਖੜਾ ਹੋ ਗਿਆ ਕਾਲੀ ਮੂਸਲੀ ਹੋ ਗਈ ਕੌਂਚ ਬੀਜ ਹੋ ਗਏ ਛੋਟੀ ਇਲਾਇਚੀ ਹੋ ਗਈ ਇਹਨਾਂ ਨੂੰ ਆਪਾਂ ਇਹਨਾਂ ਦਾ ਇਹਨਾਂ ਨੂੰ ਮਿਕਸ ਕਰਕੇ ਇਹਨਾਂ ਨੂੰ ਜਿਵੇਂ ਗ੍ਰੈਂਡ ਕਰ ਲਓ ਜਾਂ ਕਹਿ ਲਈਏ ਵੀ ਆਪਾਂ ਇਹਨਾਂ ਨੂੰ ਕੁੱਟ ਕੇ ਵਧੀਆ ਇਹਨਾਂ ਦਾ ਜਿਹੜਾ ਚੂਰਨ ਬਣਾ ਕੇ ਇਹ ਅਲੱਗ ਅਲੱਗ ਵਿਧੀ ਨਾਲ ਕਿਸੇ ਪੇਸ਼ੈਂਟ ਨੂੰ ਸ਼ਹਿਦ ਨਾਲ ਦੇਣਾ ਪੈਣਾ ਕਿਸੇ ਨੂੰ ਮਿਸ਼ਰੀ ਉਹ ਕਿਉਂ ਜੀ ਇਹ ਅਲੱਗ ਅਲੱਗ ਤਸੀਰ ਆ ਨਾ ਜੀ ਹਰ ਇੱਕ ਪੇਸ਼ੈਂਟ ਦਾ ਅਲੱਗ ਅਲੱਗ ਹਿਸਾਬ ਕਿਤਾਬ ਹੁੰਦਾ ਕਿਸੇ ਨੂੰ ਮੰਨ ਲਓ ਗਰਮੀ ਆ ਕਿਸੇ ਦਾ ਅੰਦਰ ਠੰਡ ਆ ਜਿਵੇਂ ਕਿਸੇ ਦੀ ਤਸੀਰ ਕਿਸੇ ਦੀ ਠੰਡੀ ਹੈ ਕਿਸੇ ਦੀ ਗਰਮੀ ਹੈ ਗਰਮੀ ਵਾਲੀ ਤਸੀਰ ਹੈ ਉਸ ਹਿਸਾਬ ਨਾਲ ਹਰ ਇੱਕ ਪੇਸ਼ੈਂਟ ਨੂੰ ਅਲੱਗ ਅਲੱਗ ਕਿਸੇ ਨੂੰ ਸ਼ਹਿਦ ਨਾਲ ਦੇਣਾ ਕਿਸੇ ਨੂੰ ਮਿਸ਼ਰੀ ਮਿਲੇ ਦੁੱਧ ਨਾਲ ਦੇਣਾ ਹਾਂਜੀ ਹਾਂਜੀ ਅੱਛਾ ਅਤੇ ਫਿਰ ਕੌਂਚ ਬੀਜ ਕੀ ਕਰਨਗੇ ਜੀ ਡਾਕਟਰ ਸ਼ਰਮਾ ਕੌਂਚ ਬੀਜ ਵੀ ਦੂਰ ਕਰਦੇ ਆ ਜੇ ਵੀਰ ਜਿਹਦਾ ਪਤਲਾਪਣ ਹੋਵੇ ਉਹਨੂੰ ਵੀ ਠੀਕ ਕਰਦੇ ਆ ਜਾਂ ਤੁਸੀਂ ਲਾ ਲਓ ਵੀ ਜੇ ਕਿਸੇ ਦਾ ਲੀਵਰ ਡਿਸਆਰਡਰ ਆ ਜਾਂਦਾ ਨਾ ਜੇ ਲੀਵਰ ਨੂੰ ਤੰਦਰੁਸਤ ਕਰਨ ਵਾਸਤੇ ਵੀ ਕੁਛ ਚੀਜ਼ਾਂ ਵਿੱਚ ਸਾਨੂੰ ਯੂਜ਼ ਕਰਨੀਆਂ ਪੈਂਦੀਆਂ ਮੰਨ ਲਓ ਪੇਸ਼ੈਂਟ ਆ ਗਿਆ ਉਹਨੇ ਡਾਇਰੈਕਟ ਹੀ ਕਹਿ ਦਿੱਤਾ ਵੀ ਸਾਡੇ ਸ਼ੁਕਰਾਣੂ ਘੱਟ ਆ ਸ਼ੁਕਰਾਣੂ ਦੇ ਆਪਾਂ ਨੂੰ ਜੜ੍ਹ ਤੱਕ ਵੀ ਜਾਣਾ ਪਊਗਾ ਵੀ ਲੀਵਰ ਤਾਂ ਨਹੀਂ ਕਿਤੇ ਡਿਸਆਰਡਰ ਲੀਵਰ ਫੈਟੀ ਤਾਂ ਨਹੀਂ ਜਾਂ ਲੀਵਰ ਨੂੰ ਤੰਦਰੁਸਤ ਕਰਤਾ ਨਾਲ ਇਹ ਨੁਸਖਾ ਆਪਾਂ ਯੂਜ਼ ਕਰਤਾ ਤਾਂ ਉਹਨੇ ਬਿਲਕੁਲ ਠੀਕ ਹੋ ਜਾਣਾ ਅਤੇ ਫਿਰ ਕਾਲੀ ਮੁਸਲੀ ਡਾਕਟਰ ਸਿੱਧੂ ਮੈਂ ਤੁਹਾਡੇ ਕੋਲ ਪੁੱਛਾਂਗੇ ਕਾਲੀ ਮੁਸਲੀ ਵੀ ਤੁਸੀਂ ਰੱਖੀ ਹੈ ਮੈਂ ਸਫੈਦ ਮੁਸਲੀ ਤਾਂ ਸੁਣੀ ਸੀ ਇਹ ਤਾਂ ਅੱਜ ਤੁਸੀਂ ਕਾਲੀ ਮੁਸਲੀ ਕੱਢ ਲਿਆ ਆਪਣੇ ਖਜ਼ਾਨੇ 'ਚੋਂ ਕਾਲੀ ਮੁਸਲੀ ਬਹੁਤ ਵਧੀਆ ਜੀ ਕਾਲੀ ਮੁਸਲੀ ਜਿਹੜੇ ਪੁਰਸ਼ ਕਹਿ ਦਿੰਦੇ ਵੀ ਬਿਲਕੁਲ ਟਾਈਮਿੰਗ ਬਿਲਕੁਲ ਜੀਰੋ ਹੀ ਹੋ ਗਈ ਜਿਨ੍ਹਾਂ ਨੂੰ ਕਾਮ ਤੇਜਨਾ ਬਿਲਕੁਲ ਖਤਮ ਹੋ ਗਈ ਨੇੜੇ ਜਾਣ ਤੋਂ ਵੀ ਬੰਦੇ ਨੂੰ ਆਪਦੀ ਇਸ ਤਰੀਕ 'ਤੇ ਘਬਰਾਹਟ ਹੁੰਦੀ ਡਰ ਲੱਗਦਾ ਮਨ 'ਚ ਸੈਂਸਾ ਬਹਿ ਗਿਆ ਵੀ ਬਸ ਕਹਾਣੀ ਖਤਮ ਆ ਖਾਸ ਕਰਕੇ ਪ੍ਰੋਬਲਮ ਆ ਰਹੀ ਫਿਰ ਸਭ ਯੰਗ ਏਜ ਨੂੰ ਉਹਨਾਂ ਵਾਸਤੇ ਬਹੁਤ ਲਾਹੇਵੰਦ ਆ ਇਹ ਟਾਈਮਿੰਗ ਵੀ ਬੰਦਾ ਸਮਝੋ ਵੀ ਭੂੰਜੇ ਡਿੱਗਿਆ ਬੰਦਾ ਹੀ ਚੱਕ ਲੈਣਾ ਇਹਨੇ ਤਾਂ ਬਿਲਕੁਲ ਜਿਹੜਾ ਬੰਦਾ ਕਹਿੰਦਾ ਖਤਮ ਹੋ ਗਿਆ ਬਿਲਕੁਲ ਇੰਨੀ ਸ਼ਾਨਦਾਰ ਇੰਨੀ ਜ਼ਿਆਦਾ ਸ਼ਾਨਦਾਰ ਟਾਈਮਿੰਗ ਆ ਉਹ ਤੇਜ਼ ਨਾਲ ਵਧਾਉਂਦੀ ਆ
ਇਹ ਆਪਾਂ ਜੀ ਇਹਨਾਂ ਦਾ ਅੱਗੇ ਵੀ ਤੁਹਾਨੂੰ ਜਿਵੇਂ ਦੱਸਿਆ ਮਿਸ਼ਰਣ ਬਣਾ ਕੇ ਇਹਨੂੰ ਜਿਵੇਂ ਮਿਸ਼ਰੀ ਮਿਲੇ ਦੁੱਧ ਨਾਲ ਆਪਾਂ ਲੈਣਾ ਕਰਨਾ ਜੀ। ਅੱਛਾ, ਇਹਨੂੰ ਬਣਾਉਣਾ ਕਿਵੇਂ ਜੀ? ਫਿਰ ਸਾਨੂੰ ਇਹ ਦੱਸ ਦਿਓ ਵੀ ਕਿੰਨੀ ਕਿੰਨੀ ਮਿਕਦਾਰ ਲੈਣੀ ਹੈ। ਇਹ ਆਪਾਂ ਜਿਵੇਂ ਮੰਨ ਲਓ 10-10 ਗ੍ਰਾਮ ਲੈ ਗਏ, ਜਿਵੇਂ ਸਾਰੀਆਂ ਚੀਜ਼ਾਂ ਪਖੜਾ ਹੋ ਗਿਆ 10 ਗ੍ਰਾਮ, 10 ਗ੍ਰਾਮ ਹੀ ਜਿਹੜੀ ਹੋ ਗਈ ਇਹ ਜਿਹੜੀ ਕਾਲੀ ਮੂਸਲੀ ਹੋ ਗਈ 10 ਗ੍ਰਾਮ, ਜਿਹੜੇ ਕੌਂਚ ਬੀਜ 10 ਗ੍ਰਾਮ ਹੀ ਜਿਹੜੀ ਇਹ ਲੈ ਕੇ ਇਹਨਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਬਿਲਕੁਲ ਅਤੇ ਹਾਂ ਹਾਂ ਇਹਨਾਂ ਨੂੰ ਆਪਾਂ ਜਿੱਦਾਂ ਇਹਦੇ ਵਿੱਚ ਪਾ ਕੇ ਤੁਹਾਨੂੰ ਦੱਸਦੇ ਹਾਂ ਸਾਰਾ ਬਣਾ ਕੇ। ਸੋ ਦੇਖੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ, ਡਾਕਟਰ ਸਿੱਧੂ ਨੇ ਜਿਹੜੇ ਫਾਰਮੂਲਾ ਨੁਸਖਾ ਹੈ ਉਹ ਲਾਈਵ ਹੋ ਕੇ ਤੁਹਾਡੇ ਸਾਹਮਣੇ ਬਣਾ ਰਹੇ ਨੇ। ਔਰ ਜਿਹੜਾ ਇਹ ਸਿਸਟਮ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਦਰਤ ਨੇ ਇੰਨੀ ਜਿਹੜੀ ਤਾਕਤ ਇੰਨੀ ਸ਼ਕਤੀ ਸਾਨੂੰ ਬਖਸ਼ੀ ਹੈ ਕਿ ਇਸੇ ਤਰੀਕੇ ਨਾਲ ਅਸੀਂ ਅਗਰ ਮਿਕਸੀ 'ਚ, ਨਾਲੇ ਕਹਿੰਦੇ ਨੇ ਜੀ ਕਿ ਮਿਕਸੀ 'ਚ ਅਗਰ ਅਸੀਂ ਰਗੜੀਏ ਤਾਂ ਜਿਹੜੀ ਇਹਦੀ ਪੋਟੈਂਸੀ ਹੈਗੀ ਹੈ ਉਹਦੇ 'ਚ ਫਰਕ ਪੈ ਜਾਂਦਾ। ਪੈ ਤਾਂ ਜਾਂਦਾ ਜੀ, ਹਰ ਘਰੇ ਆਪਾਂ ਕਹਿ ਦਈਏ ਵੀ ਚੀਜ਼ਾਂ ਮੌਜੂਦ ਵੀ ਨਹੀਂ ਹੈਗੀਆਂ, ਬਿਲਕੁਲ ਫਰਕ ਤਾਂ ਪੈ ਜਾਂਦਾ। ਬਾਕੀ ਜੇ ਆਪਾਂ ਇਸ ਵਿਧੀ ਨਾਲ ਬਣਾਵਾਂਗੇ ਫਿਰ ਉਹ ਤਾਂ ਹੈ ਹੀ ਜਾਂਦਾ। ਇੱਕ ਗੱਲ ਹੋਰ ਹੈਗੀ ਹੈ ਡਾਕਟਰ ਸ਼ਰਮਾ, ਮੇਰਾ ਸਵਾਲ ਤੁਹਾਡੇ ਤੋਂ ਹੈ, ਚਲੋ ਜਦੋਂ ਤੱਕ ਇਹ ਨੁਸਖਾ ਬਣਾ ਰਹੇ ਨੇ ਦੱਸਣਗੇ ਕਿ ਕਿਸ ਤਰੀਕੇ ਨਾਲ, ਜਿਹੜੇ ਲੋਕ ਬਹੁਤ ਸਾਰੇ ਲੋਕਾਂ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਜੀ ਕਿ ਉਹ ਇੰਨੀਆਂ ਚੀਜ਼ਾਂ ਇਕੱਠੀਆਂ ਕਰਨ ਫਿਰ ਉਸ ਤੋਂ ਬਾਅਦ ਬਹਿ ਕੇ ਰਗੜਨ ਕਰਨ, ਉਹਨਾਂ ਦਾ ਤੁਹਾਡੇ ਕੋਲ ਕੋਈ ਹੱਲ ਹੈ? ਹਾਂਜੀ ਹਾਂਜੀ ਬਿਲਕੁਲ, ਮੈਨੂੰ ਇਹ ਲੱਗ ਰਿਹਾ ਸੀ ਤੁਸੀਂ ਫਰੂਕੀ ਸਾਹਿਬ ਸਵਾਲ ਕਰੋਗੇ, ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਕਮੀ ਆ, ਜਿਹਦੇ ਕੋਲ ਮੰਨ ਲਓ ਕੋਈ ਕੰਮ ਵੀ ਨਹੀਂ ਹੈਗਾ ਹੈ ਨਾ, ਉਹ ਵੀ ਕਹਿ ਰਿਹਾ ਵੀ ਮੇਰੇ ਕੋਲ ਟਾਈਮ ਦੀ ਬਹੁਤ ਕਮੀ ਹੈ, ਅਤੇ ਉਹਨਾਂ ਵਾਸਤੇ ਫਿਰ ਸਾਨੂੰ ਅਵੇਲੇਬਲ ਕਰਨੀਆਂ ਪੈਂਦੀਆਂ ਕੁਛ ਮੈਡੀਸਨ, ਉਹਦੇ ਵਾਸਤੇ ਸਾਡੇ ਕੋਲ ਐਕਸਟ੍ਰੈਕਟ ਤਿਆਰ ਨੇ ਇਹਨਾਂ ਦੇ ਮੈਡੀਸਨ। ਤੁਹਾਡਾ ਆਪਣਾ ਬਣਾਇਆ ਹੋਇਆ ਨੁਸਖੇ? ਹਾਂਜੀ ਆਪਣੇ ਬਣਾਏ ਹੋਏ ਨੁਸਖੇ ਆ ਜੀ, ਇਹ ਜਿੱਦਾਂ ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਕਹਿ ਦਈਏ ਵੀ ਕੁੱਟ ਕੇ ਤਾਂ ਇੱਕ ਤਾਂ ਡਾਇਰੈਕਟ ਦੇ ਦੇਣੀਆਂ ਵਾ, ਇੱਕ ਇਹਨਾਂ ਦੇ ਐਕਸਟ੍ਰੈਕਟ ਕੱਢਣੇ ਆ, ਐਕਸਟ੍ਰੈਕਟ ਕੱਢੇ ਹੋਏ ਨੇ ਇਹਨਾਂ ਦੇ। ਇਹ ਜਿੱਦਾਂ ਹੁਣ ਤੁਸੀਂ ਮੰਨ ਲਓ ਕੌਂਚ ਬੀਜ ਲਾ ਲਓ ਜਾਂ ਇਹ ਚੀਜ਼ਾਂ ਲਾ ਲਓ ਗੋਖਰੂ ਜਿਹਨੂੰ ਪਖੜਾ ਕਹਿ ਦਿੰਦੇ, ਇਹ ਉਹਨਾਂ ਦਾ ਐਕਸਟ੍ਰੈਕਟ ਆ। ਮੰਨ ਲਓ 20-25 ਕਿਲੋ ਨੂੰ ਅਸੀਂ ਵਾਲ ਕੇ ਜਿੱਦਾਂ ਆਪਾਂ ਕਹਿ ਦਿੰਦੇ ਬੂੰਦ ਬੂੰਦ ਡਿੱਗਦੀ ਹੈ ਜਿੱਦਾਂ ਸ਼ਰਾਬ ਨਿਕਲਦੀ ਹੈ, ਉਸ ਚੀਜ਼ ਉਸ ਹਿਸਾਬ ਨਾਲ ਐਕਸਟ੍ਰੈਕਟ ਨੇ। ਮਤਲਬ ਇਹ ਇਸ ਇਹਨਾਂ ਵਰਗੀਆਂ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਨੇ ਡਾਕਟਰ ਸਿੱਧੂ, ਤੁਸੀਂ ਉਹਨਾਂ ਤੋਂ ਉੱਪਰ ਦੀ ਚੀਜ਼ ਹੈ ਜਿਹੜੀ? ਬਿਲਕੁਲ ਜੀ ਬਿਲਕੁਲ, ਜਿਵੇਂ ਸਮਝ ਲਓ ਵੀ ਕਿੱਥੇ ਆਪਾਂ ਕਿਲੋ ਚੀਜ਼ ਵਰਤ ਲਈ ਕਿੱਥੇ 10 ਬੂੰਦਾਂ ਵਰਤ ਲਈਆਂ, ਇੱਕ ਬਰਾਬਰ ਯੂਜ਼ ਕਿਵੇਂ ਕਰਨੀ ਹੈ? ਇਹ ਯੂਜ਼ ਆਪਾਂ ਤੁਹਾਨੂੰ ਇਹ ਵੀ ਕਰਕੇ ਵਿਖਾ ਦਿੰਦੇ ਹਾਂ ਜੀ ਜੀ। ਆਹ ਲਓ ਜੀ ਪਾਊਡਰ ਸਭ 10 ਬੂੰਦਾਂ ਪਾਉਣੀਆਂ ਇਹਦੇ ਬਸ। ਜਿਹੜਾ ਬੰਦਾ ਕੌੜਾ ਉਹ ਢਿੱਡ ਦਾ ਬੰਦਾ ਚੰਗਾ ਹੁੰਦਾ ਜਾਂ ਦਿਲ ਦਾ ਕਹਿ ਲਈਏ ਸਾਫ਼ ਹੁੰਦਾ, ਤੇ ਜਿਹੜਾ ਮਿੱਠਾ ਉਹ ਜ਼ਹਿਰ ਹੁੰਦਾ। ਬਿਲਕੁਲ ਇੰਨਾ ਕੋ ਪਾਣੀ ਬਣਾ ਲੈਣਾ ਆਪਾਂ ਤੇ ਇਹਨੂੰ ਆਪਾਂ ਇਹ ਸਾਰਾ ਕੰਮ ਕਰੂਗਾ ਜੜੀ ਬੂਟੀਆਂ? ਬਿਲਕੁਲ ਜੀ ਬਿਲਕੁਲ, ਆਪਣੇ ਕੋਲ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਐਕਸਟ੍ਰੈਕਟ ਆਉਂਦੇ ਆ ਜੀ ਜੀ। ਹਾਂ ਅਤੇ ਇੱਕ ਹੋਰ ਉਹ ਵੀ ਰੱਖਿਆ ਹੋਇਆ ਜੀ ਤੁਸੀਂ, ਤੁਲਸੀ ਵਾਲਾ, ਇਹ ਕੀ ਚੀਜ਼ ਹੈ ਜੀ ਡਾਕਟਰ ਸ਼ਰਮਾ? ਇਹ ਤੁਲਸੀ ਡਰੋਪ ਆ ਜੀ। ਇਹ ਕੀ ਕਰਦੇ ਨੇ? ਇਹ ਤੁਲਸੀ ਦਾ ਲੋਕ ਮੰਗ ਰਹੇ ਸੀ ਨਾ ਇੱਥੇ ਆ ਕੇ। ਹਾਂਜੀ ਹਾਂਜੀ, ਇਹ 5 ਤੁਲਸੀ ਆ ਜੀ, 5 ਤੁਲਸੀਆਂ ਦਾ ਮਿਸ਼ਰਣ ਆ ਜੀ। ਕੀ ਕੰਮ ਕਰਦੇ ਜੀ? ਇਹ ਵੀ ਜਿਹੜੀ ਬਹੁਤ ਪਾਵਰਫੁਲ ਚੀਜ਼ ਆ, ਆਮ ਤਾਂ ਤੁਲਸੀ ਹਰ ਘਰਾਂ 'ਚ ਵਰਤੀ ਜਾਂਦੀ ਵੀ ਬੱਚੇ ਨੂੰ ਬੁਖਾਰ ਹੋ ਗਿਆ 2 ਬੂੰਦਾਂ ਤੁਲਸੀ ਨੂੰ ਦੇ ਦਿਓ, ਅਤੇ ਕਿੰਨਾ ਵੀ ਪੁਰਾਣਾ ਖੰਘ ਜ਼ੁਕਾਮ ਰੇਸ਼ਾ ਕਿਸੇ ਰਹਿੰਦਾ ਹੋਵੇ ਜਿੱਦਾਂ ਸਾਹ ਦੀ ਦਿੱਕਤ ਹੋਵੇ, ਤੁਲਸੀ ਦੇ 2 ਡਰੋਪ ਸਵੇਰੇ ਖਾਲੀ ਪੇਟ ਲਓ। ਬਿਲਕੁਲ ਪਿਓਰ ਐਕਸਟ੍ਰੈਕਟ ਆ, 4-5 ਬੂੰਦਾਂ ਲੈਣ ਦੇ ਨਾਲ ਦੀ ਨਾਲ ਹੀ ਬਿਲਕੁਲ ਤੁਹਾਡਾ ਖੰਘ ਜ਼ੁਕਾਮ ਬਿਲਕੁਲ ਠੀਕ ਹੋ ਜੂਗਾ, ਠੀਕ ਹੋਣਾ ਸ਼ੁਰੂ ਹੋ ਜਾਏਗਾ ਜੀ ਜੀ ਜੀ। ਅੱਛਾ, ਅਤੇ ਫਿਰ ਇਹ ਦੱਸੋ ਡਾਕਟਰ ਸਾਹਿਬ, ਅਗਰ ਤੁਹਾਡੇ ਨਾਲ ਮੁਲਾਕਾਤ ਕਰਨੀ ਹੋਵੇ, ਤੁਹਾਡੇ ਨਾਲ ਕਿਸੇ ਨੇ ਰਾਬਤਾ ਕਰਨਾ ਹੋਵੇ, ਕਿਹੜੀਆਂ ਕਿਹੜੀਆਂ ਅਸੀਂ ਕਹਿ ਲਈਏ ਕਿ ਰੋਗ ਹੈਗੇ ਜਿਨ੍ਹਾਂ ਦੇ ਵਿੱਚ ਤੁਸੀਂ ਡੀਲ ਕਰਦੇ ਹੋ ਖਾਸ ਕਰਕੇ? ਬਹੁਤ ਜ਼ਿਆਦਾ ਪੁਰਾਣੇ ਤੋਂ ਪੁਰਾਣੇ ਰੋਗਾਂ ਦੇ ਵਿੱਚ ਅਸੀਂ ਡੀਲ ਕਰਦੇ ਹਾਂ, ਜਿਵੇਂ ਕਿ ਸ਼ੂਗਰ ਹੋ ਗਈ, ਕਿਸੇ ਨੂੰ ਪੁਰਾਣਾ ਅਸਥਮਾ ਹੋ ਗਿਆ, ਅਤੇ ਜਾਂ ਜਿੱਦਾਂ ਪੰਪ ਹਿੱਲਰ ਲੈ ਰਿਹਾ ਵੀ ਸਾਹ ਨਹੀਂ ਆ ਰਿਹਾ, ਪੁਰਾਣੇ ਤੋਂ ਪੁਰਾਣੇ ਰੋਗਾਂ, ਸ਼ੂਗਰ, ਥਾਇਰਾਇਡ, ਬੀ ਪੀ, ਬੱਚੇ ਦਾ ਰਸੌਲੀਆਂ, ਬੱਚਿਆਂ ਦੀ ਸ਼ੂਗਰ ਹੋ ਗਈ, ਜਾਂ ਬੱਚਿਆਂ ਦਾ ਕੱਦ ਨਾ ਵਧਣਾ, ਜਾਂ ਨਮਰਦੀ ਜਿਹਨੂੰ ਕਹਿ ਦਿੰਦੇ ਇੰਪੋਟੈਂਸੀ, ਜਿੰਨੀ ਮਰਜ਼ੀ ਜਾਂ 0% ਸ਼ੁਕਰਾਣੂ ਹੋਵੇ, ਅਸੀਂ ਕੇਸ ਜਿਹੜੇ ਬਿਲਕੁਲ ਠੀਕ ਕੀਤੇ ਹੋਏ, ਘਰ ਹੱਸਦੇ ਵੱਸਦੇ ਪਏ ਨੇ। ਅੱਛਾ, ਅਤੇ ਫਿਰ ਡਾਕਟਰ ਸਿੱਧੂ, ਤੁਸੀਂ ਇਹ ਦੱਸੋ ਵੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇਸ ਵੇਲੇ ਮਾਨਸਿਕ ਤੌਰ 'ਤੇ ਵੀ ਲੁੱਟ ਦਾ ਸ਼ਿਕਾਰ ਹੋ ਚੁੱਕੇ ਨੇ, ਆਰਥਿਕ ਤੌਰ 'ਤੇ ਵੀ, ਸਰੀਰਕ ਤੌਰ 'ਤੇ ਵੀ,
ਉਹਨਾਂ ਵਾਸਤੇ ਜਿਹੜੇ ਤੁਹਾਡੇ ਨੁਸਖੇ ਤੁਹਾਡੇ ਸਟ੍ਰੈਕਟ ਤੁਸੀਂ ਬਣਾਏ ਹੋਏ ਨੇ, ਕਿੰਨੇ ਦਿਨਾਂ 'ਚ ਕੰਮ ਕਰਨਾ ਜਿਹੜਾ ਇਹ ਸ਼ੁਰੂ ਕਰ ਦੇਣਗੇ ਅਗਰ ਤੁਹਾਡੇ ਨਾਲ ਕੋਈ ਰਾਬਤਾ ਨੌਜਵਾਨ ਕਰਦਾ? ਦੇਖੋ ਜੀ, ਆਪਾਂ ਉਹ ਚੀਜ਼ ਤਾਂ ਕਰਦੇ ਨਹੀਂ ਜਿਵੇਂ ਕਹਿੰਦੇ, ਜਿਵੇਂ ਕਹਿੰਦੇ ਵੀ ਆਹ ਤੇਲ ਲਾਓ ਜੀ, ਇਹ ਸਵੇਰ ਨੂੰ ਇਹੋ ਜੂਗਾ ਜੀ, ਇਹ 15 ਵੀ 2 ਦਿਨਾਂ ਵਿੱਚ ਐਂ ਕਰ ਦਾਂਗੇ। ਇਹ ਜਿਹੜਾ ਪ੍ਰੋਸੈਸ ਆ, ਜੇ ਆਪਾਂ ਨੂੰ ਕੋਈ ਬਿਮਾਰੀ ਲੱਗਣ 'ਤੇ ਥੋੜ੍ਹਾ ਟਾਈਮ ਲੱਗਦਾ, ਅਤੇ ਇਹ ਘੱਟੋ ਘੱਟ ਵੀ ਆਪਾਂ ਨੂੰ 3-4 ਮਹੀਨੇ ਆਪਾਂ ਨੂੰ ਜਿਹੜੀ ਦਵਾਈ ਜੇ ਆਪਾਂ ਰੈਗੂਲਰ ਵਰਤੀਏ ਤਾਂ ਬਹੁਤ ਵਧੀਆ ਗਾਂ, ਸਾਰੀ ਜ਼ਿੰਦਗੀ ਇਹ ਪ੍ਰੋਬਲਮ ਆਉਂਦੀ ਨਹੀਂ। ਰਿਜ਼ਲਟ ਆਉਣੇ ਕਿੰਨੇ ਦਿਨਾਂ ਬਾਅਦ ਸ਼ੁਰੂ ਹੋ ਜਾਣਾ? ਰਿਜ਼ਲਟ ਆਪਾਂ 20 ਦਿਨ ਬਿਲਕੁਲ 20 ਦਿਨ ਮਹੀਨੇ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜੂਗਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸ਼ਰਮਾ ਜੀ ਅਤੇ ਡਾਕਟਰ ਸਿੱਧੂ ਸਾਹਿਬ। ਮੈਨੂੰ ਲੱਗਦਾ ਕਿ ਜੇ ਇਸ ਨੁਸਖੇ ਨਾਲ ਇਹਨਾਂ ਚੀਜ਼ਾਂ ਨਾਲ ਅਸੀਂ ਇੱਕ ਘਰ ਨੂੰ ਵੀ ਬਚਾ ਲਈਏ ਤਾਂ ਮੈਨੂੰ ਲੱਗਦਾ ਕਿ ਸਾਡੀ ਵੀਡੀਓ ਬਣਾਉਣ ਦਾ ਪਰਪਜ਼ ਆ ਜਿਹੜਾ ਉਹ ਮੈਂ ਸਮਝਾਂਗਾ ਕਿ ਸਫਲ ਹੋਏਗਾ। ਤੁਸੀਂ ਸਮਾਂ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ। ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਅਤੇ ਹਕੀਕਤ ਟੀਵੀ ਪੰਜਾਬੀ ਦਾ ਜੀ। ਸੋ ਇਹ ਸਨ ਡਾਕਟਰ ਸਿੱਧੂ ਅਤੇ ਡਾਕਟਰ ਸ਼ਰਮਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਆਪਣੀ ਜਿਹੜੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਾਂ ਬਦਲਦੇ ਮੌਸਮ ਦੇ ਨਾਲ ਜਿਹੜੀ ਕਮਜ਼ੋਰੀ ਆ ਜਾਂਦੀ ਹੈ। ਔਰ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਬੂੰਦਾਂ ਹੈਗੇ ਨੇ ਐਕਸਟਰੈਕਟ ਹੈਗੇ ਨੇ, ਉਹਨਾਂ ਕੋਲ ਹਰ ਤਰ੍ਹਾਂ ਦੇ ਐਕਸਟਰੈਕਟ ਹੈਗੇ ਨੇ ਜਿਹੜੇ ਆਪਣੇ ਨੁਸਖੇ ਆਪਣੀ ਫਾਰਮੂਲੇਸ਼ਨ ਦੇ ਨਾਲ ਉਹਨਾਂ ਨੇ ਤਿਆਰ ਕੀਤੇ ਨੇ, ਅਤੇ ਬੂੰਦਾਂ ਦੇ ਜ਼ਰੀਏ ਜਿਹੜਾ ਹਰ ਤਰ੍ਹਾਂ ਦੇ ਅਸੀਂ ਕਹਿ ਲਈਏ ਕਿ ਜਿਹੜੇ ਰੋਗ ਹੈਗੇ ਨੇ ਉਹ ਇੱਥੇ ਉਹਨਾਂ ਦਾ ਇਲਾਜ ਉਹਨਾਂ ਦਾ ਟ੍ਰੀਟਮੈਂਟ ਹੈਗਾ। ਦੇਖੋ ਤੁਸੀਂ ਇਹ ਫੈਟੀ ਲੀਵਰ ਲਿਖਿਆ ਹੋਇਆ ਜੀ, ਇਹ ਫੈਟੀ ਲੀਵਰ ਕੀ ਕਰੇਗਾ ਜੀ? ਜਿੰਨਾ ਮਰਜ਼ੀ ਫੈਟੀ ਲੀਵਰ ਹੋਵੇ ਜੀ, ਹਾਂ ਜਿੰਨਾ ਮਰਜ਼ੀ ਲੀਵਰ ਫੈਟੀ ਹੋਵੇ 1 ਮਹੀਨੇ ਦੇ ਵਿੱਚ ਠੀਕ ਹੋ ਜਾਂਦਾ। ਅੱਜ ਕੱਲ੍ਹ ਤਾਂ ਹੁੰਦਾ ਤਾਂ ਇਹ ਹੈ ਡਾਕਟਰ ਸਾਹਿਬ, ਅਸੀਂ ਚਲੋ ਵੀਡੀਓ ਲੰਮੀ ਹੋ ਰਹੀ ਹੈ, ਅਸੀਂ ਅੱਜ ਕੱਲ੍ਹ ਤਾਂ ਹੋਰ ਇਹ ਰਿਹਾ ਕਿ ਗੁਰਦੇ ਦੀ ਪੱਥਰੀ ਚੈੱਕ ਕਰਵਾਉਣ ਜਾਂਦਾ ਅਤੇ ਉਹਨੂੰ ਜਿਹੜਾ ਸਕੈਨ ਵਾਲਾ ਫੈਟੀ ਲੀਵਰ ਗਿਫਟ 'ਚ ਦੇ ਦਿੰਦਾ। ਮੈਂ ਕਿਹਾ ਜੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਬਿਲਕੁਲ ਤੰਦਰੁਸਤ ਹਾਂ, ਮੈਨੂੰ ਭੁੱਖ ਲੱਗਦੀ, ਉਹ ਵੀ ਅੱਜ ਦੀ ਤਰੀਕ 'ਚ ਜਾ ਕੇ ਅਲਟਰਾਸਾਊਂਡ ਕਰਾਊਗਾ, ਫੈਟੀ ਲੀਵਰ ਆਊਗਾ। ਅਤੇ ਇਹ ਵੀ ਫਿਰ ਬੂੰਦਾਂ ਲਈ ਸਿਸਟਮ ਹੈ? ਬਿਲਕੁਲ ਬੂੰਦਾਂ ਲਈ, ਈਵਨ ਜੇ ਇਹ ਆ ਸਰ, ਕਈ ਪੇਸ਼ੈਂਟ ਤਾਂ ਸਾਡੇ ਕੋਲ ਆਉਂਦੇ ਆ ਵੀ ਜਿਹੜੇ ਵਿਚਾਰੇ ਆਯੁਰਵੈਦਿਕ ਦਵਾਈਆਂ ਤਰ੍ਹਾਂ ਤਰ੍ਹਾਂ ਦੀਆਂ ਮਹਿੰਗੀਆਂ ਬਹੁਤ, 5-5, 6-6 ਹਜ਼ਾਰ ਰੁਪਏ ਦੀਆਂ ਦਵਾਈਆਂ ਲੈ ਕੇ ਵੀ ਉਹ ਆਉਂਦੇ, ਉਹਨਾਂ ਦਾ ਸਗੋਂ ਲੀਵਰ 3rd grade ਤੱਕ ਪਹੁੰਚਿਆ ਹੁੰਦਾ ਸਾਡੇ ਕੋਲ ਆਉਂਦੇ। ਅਤੇ ਈ ਆ ਸਰ ਜਿਵੇਂ ਬਹੁਤ ਜ਼ਿਆਦਾ 70-80 ਅਤੇ 15-15 ਦਿਨਾਂ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ 70-75 ਵਾਲਾ ਨੋਰਮਲ 'ਤੇ ਆਇਆ ਜੀ। ਜੀ ਜੀ ਚਲੋ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਡਾਕਟਰ ਸਿੱਧੂ ਅਤੇ ਡਾਕਟਰ ਸ਼ਰਮਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਬੂੰਦਾਂ ਦੇ ਜ਼ਰੀਏ ਉਹ ਇੱਥੇ ਟ੍ਰੀਟਮੈਂਟ ਹੈਗਾ, ਇਲਾਜ ਹੈਗਾ ਉਹਨਾਂ ਲੋਕਾਂ ਦਾ ਕਰਦੇ ਨੇ ਜੋ ਕਮਜ਼ੋਰੀ ਦੇ ਨਾਲ ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਜਿਹੜੇ ਪੀੜਿਤ ਨੇ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਚੱਲਦਾ ਹੈ ਤਾਂ ਅਸੀਂ ਹੈਲਥ ਕੇਅਰ ਇਲੈਕਟ੍ਰੋਹੋਮਿਓਪੈਥੀ ਮੋਗਾ ਦਾ ਜਿਹੜਾ ਨੰਬਰ ਹੈਗਾ ਉਹ ਚਲਾ ਦਿੱਤਾ ਹੈ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸ਼ਰਮਾ ਡਾਕਟਰ ਸਿੱਧੂ ਨਾਲ ਗੱਲਬਾਤ ਕਰਕੇ ਜਿਹੜਾ ਕੰਸਲਟ ਕਰ ਸਕਦੇ ਹੋ, ਕਿਉਂਕਿ ਕੰਸਲਟਿੰਗ ਦਾ ਇਹ ਕੋਈ ਵੀ ਪੈਸਾ ਹੈ ਜਿਹੜਾ ਕਿਸੇ ਵੀ ਮਰੀਜ਼ ਤੋਂ ਕਦੇ ਵੀ ਨਹੀਂ ਲੈਂਦੇ। ਧੰਨਵਾਦ।